ਅਲੀਗੜ੍ਹ ਉਸ ਵੇਲੇ ਸ਼ੋਕ ਦੀ ਲਹਿਰ ਦੇ ਵਿੱਚ ਡੁੱਬ ਗਿਆ ਜਦੋਂ 11 ਲੋਕਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪਹੁੰਚੀਆਂ ਤੇ 11 ਲਾਸ਼ਾਂ ਦਾ ਇਕੱਠੇ ਹੀ ਸੰਸਕਾਰ ਕੀਤਾ ਗਿਆ। ਇਕੱਠਿਆਂ ਹੀ 11 ਮ੍ਰਿਤਕ ਦੇਹਾਂ ਪਿੰਡ ਪਹੁੰਚਣ ਤੇ ਹਜ਼ਾਰਾਂ ਅੱਖਾਂ ਨਮ ਹੋ ਗਈਆਂ। ਇਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਇੱਕ ਬੱਸ ਦੁਰਘਟਨਾ 'ਚ ਖਤਮ ਹੋ ਗਈਆਂ। ਜਦੋਂ ਇਹ ਲੋਕ ਬੱਸ 'ਚ ਸਵਾਰ ਹੋ ਕੇ ਜੰਮੂ ਤੋਂ ਰਿਆਸ ਜ਼ਿਲ੍ਹੇ ਦੇ ਸ਼ਿਵਖੋਰੀ ਮੰਦਰ ਜਾ ਰਹੇ ਸੀ, ਪਰ ਜੰਮੂ ਪੁੰਛ ਹਾਈਵੇ ਦੇ ਅਖਨੂਰ ਦੇ ਟੁੰਗੀ ਮੋੜ ਦੇ ਕੋਲ ਬੱਸ ਗਹਿਰੀ ਖਾਈ ਦੇ ਵਿੱਚ ਜਾ ਡਿੱਗੀ, ਜਿਸ ਕਾਰਨ 22 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਤੇ 40 ਤੋਂ ਵੀ ਜ਼ਿਆਦਾ ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ ਅਲੀਗੜ੍ਹ ਦੇ 11 ਤੇ ਹਾਥਰਸ ਦੇ 8 ਲੋਕ ਸਨ। 40 ਦੇ ਕਰੀਬ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਜਿਸ ਖਾਈ ਦੇ ਵਿੱਚ ਬੱਸ ਡਿੱਗੀ ਉਹ 150 ਫੁੱਟ ਗਹਿਰੀ ਦੱਸੀ ਜਾ ਰਹੀ ਹੈ। ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ। ਇਸ ਹਾਦਸੇ ਨੇ ਅਲੀਗੜ੍ਹ ਅਤੇ ਹਾਥਰਸ ਦੇ ਪਰਿਵਾਰਾਂ ਤੇ ਕਹਿਰ ਢਾਇਆ। ਹਾਦਸੇ ਦੀ ਸੂਚਨਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ ਪੂਰੇ ਪਿੰਡ 'ਚ ਮਾਤਮ ਦਾ ਮਾਹੌਲ ਛਾ ਗਿਆ ਤੇ ਹੁਣ ਇਸ ਪਿੰਡ ਦੇ 11 ਲੋਕਾਂ ਦੀਆਂ ਮ੍ਰਿਤਕ ਦੇਹਾਂ ਪਹੁੰਚਣ ਤੇ ਹਰ ਪਾਸੇ ਲੋਕਾਂ ਦੀਆਂ ਅੱਖਾਂ ਨਮ ਸਨ। ਲੋਕ ਚਾਹ ਕੇ ਵੀ ਆਪਣੇ ਅੰਜੂ ਰੋਕ ਨਹੀਂ ਸਕੇ। ਲਾਸ਼ਾਂ ਦੇ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਿੰਡ 'ਚ ਮੌਜੂਦ ਰਹੇ ਅਤੇ ਯੂਪੀ ਦੇ ਕਈ ਮੰਤਰੀ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਆ ਕੇ ਖੜੇ ਹੋਏ। ਪੂਰਾ ਅਲੀਗੜ੍ਹ ਉਸ ਵੇਲੇ ਸ਼ੋਕ ਦੀ ਲਹਿਰ ਦੇ ਵਿੱਚ ਡੁੱਬ ਗਿਆ ਜਦੋਂ 11 ਲੋਕਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪਹੁੰਚੀਆਂ ਤੇ 11 ਲਾਸ਼ਾਂ ਦਾ ਇਕੱਠੇ ਹੀ ਸੰਸਕਾਰ ਕੀਤਾ ਗਿਆ। ਇਕੱਠਿਆਂ ਹੀ 11 ਮ੍ਰਿਤਕ ਦੇਹਾਂ ਪਿੰਡ ਪਹੁੰਚਣ ਤੇ ਹਜ਼ਾਰਾਂ ਅੱਖਾਂ ਨਮ ਹੋ ਗਈਆਂ। ਇਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਇੱਕ ਬੱਸ ਦੁਰਘਟਨਾ 'ਚ ਖਤਮ ਹੋ ਗਈਆਂ। ਜਦੋਂ ਇਹ ਲੋਕ ਬੱਸ 'ਚ ਸਵਾਰ ਹੋ ਕੇ ਜੰਮੂ ਤੋਂ ਰਿਆਸ ਜ਼ਿਲ੍ਹੇ ਦੇ ਸ਼ਿਵਖੋਰੀ ਮੰਦਰ ਜਾ ਰਹੇ ਸੀ, ਪਰ ਜੰਮੂ ਪੁੰਛ ਹਾਈਵੇ ਦੇ ਅਖਨੂਰ ਦੇ ਟੁੰਗੀ ਮੋੜ ਦੇ ਕੋਲ ਬੱਸ ਗਹਿਰੀ ਖਾਈ ਦੇ ਵਿੱਚ ਜਾ ਡਿੱਗੀ, ਜਿਸ ਕਾਰਨ 22 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਤੇ 40 ਤੋਂ ਵੀ ਜ਼ਿਆਦਾ ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ ਅਲੀਗੜ੍ਹ ਦੇ 11 ਤੇ ਹਾਥਰਸ ਦੇ 8 ਲੋਕ ਸਨ। 40 ਦੇ ਕਰੀਬ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਜਿਸ ਖਾਈ ਦੇ ਵਿੱਚ ਬੱਸ ਡਿੱਗੀ ਉਹ 150 ਫੁੱਟ ਗਹਿਰੀ ਦੱਸੀ ਜਾ ਰਹੀ ਹੈ। ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ। ਇਸ ਹਾਦਸੇ ਨੇ ਅਲੀਗੜ੍ਹ ਅਤੇ ਹਾਥਰਸ ਦੇ ਪਰਿਵਾਰਾਂ ਤੇ ਕਹਿਰ ਢਾਇਆ। ਹਾਦਸੇ ਦੀ ਸੂਚਨਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ ਪੂਰੇ ਪਿੰਡ 'ਚ ਮਾਤਮ ਦਾ ਮਾਹੌਲ ਛਾ ਗਿਆ ਤੇ ਹੁਣ ਇਸ ਪਿੰਡ ਦੇ 11 ਲੋਕਾਂ ਦੀਆਂ ਮ੍ਰਿਤਕ ਦੇਹਾਂ ਪਹੁੰਚਣ ਤੇ ਹਰ ਪਾਸੇ ਲੋਕਾਂ ਦੀਆਂ ਅੱਖਾਂ ਨਮ ਸਨ। ਲੋਕ ਚਾਹ ਕੇ ਵੀ ਆਪਣੇ ਅੰਜੂ ਰੋਕ ਨਹੀਂ ਸਕੇ। ਲਾਸ਼ਾਂ ਦੇ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਿੰਡ 'ਚ ਮੌਜੂਦ ਰਹੇ ਅਤੇ ਯੂਪੀ ਦੇ ਕਈ ਮੰਤਰੀ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਆ ਕੇ ਖੜੇ ਹੋਏ। ਪੂਰਾ ਅਲੀਗੜ੍ਹ ਉਸ ਵੇਲੇ ਸ਼ੋਕ ਦੀ ਲਹਿਰ ਦੇ ਵਿੱਚ ਡੁੱਬ ਗਿਆ ਜਦੋਂ 11 ਲੋਕਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪਹੁੰਚੀਆਂ ਤੇ 11 ਲਾਸ਼ਾਂ ਦਾ ਇਕੱਠੇ ਹੀ ਸੰਸਕਾਰ ਕੀਤਾ ਗਿਆ। ਇਕੱਠਿਆਂ ਹੀ 11 ਮ੍ਰਿਤਕ ਦੇਹਾਂ ਪਿੰਡ ਪਹੁੰਚਣ ਤੇ ਹਜ਼ਾਰਾਂ ਅੱਖਾਂ ਨਮ ਹੋ ਗਈਆਂ। ਇਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਇੱਕ ਬੱਸ ਦੁਰਘਟਨਾ 'ਚ ਖਤਮ ਹੋ ਗਈਆਂ। ਜਦੋਂ ਇਹ ਲੋਕ ਬੱਸ 'ਚ ਸਵਾਰ ਹੋ ਕੇ ਜੰਮੂ ਤੋਂ ਰਿਆਸ ਜ਼ਿਲ੍ਹੇ ਦੇ ਸ਼ਿਵਖੋਰੀ ਮੰਦਰ ਜਾ ਰਹੇ ਸੀ, ਪਰ ਜੰਮੂ ਪੁੰਛ ਹਾਈਵੇ ਦੇ ਅਖਨੂਰ ਦੇ ਟੁੰਗੀ ਮੋੜ ਦੇ ਕੋਲ ਬੱਸ ਗਹਿਰੀ ਖਾਈ ਦੇ ਵਿੱਚ ਜਾ ਡਿੱਗੀ, ਜਿਸ ਕਾਰਨ 22 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਤੇ 40 ਤੋਂ ਵੀ ਜ਼ਿਆਦਾ ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ ਅਲੀਗੜ੍ਹ ਦੇ 11 ਤੇ ਹਾਥਰਸ ਦੇ 8 ਲੋਕ ਸਨ। 40 ਦੇ ਕਰੀਬ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ
ਅਤੇ ਜਿਸ ਖਾਈ ਦੇ ਵਿੱਚ ਬੱਸ ਡਿੱਗੀ ਉਹ 150 ਫੁੱਟ ਗਹਿਰੀ ਦੱਸੀ ਜਾ ਰਹੀ ਹੈ। ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ। ਇਸ ਹਾਦਸੇ ਨੇ ਅਲੀਗੜ੍ਹ ਅਤੇ ਹਾਥਰਸ ਦੇ ਪਰਿਵਾਰਾਂ ਤੇ ਕਹਿਰ ਢਾਇਆ। ਹਾਦਸੇ ਦੀ ਸੂਚਨਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ ਪੂਰੇ ਪਿੰਡ 'ਚ ਮਾਤਮ ਦਾ ਮਾਹੌਲ ਛਾ ਗਿਆ ਅਤੇ ਹੁਣ ਇਸ ਪਿੰਡ ਦੇ 11 ਲੋਕਾਂ ਦੀਆਂ ਮ੍ਰਿਤਕ ਦੇਹਾਂ ਪਹੁੰਚਣ 'ਤੇ ਹਰ ਪਾਸੇ ਲੋਕਾਂ ਦੀਆਂ ਅੱਖਾਂ ਨਮ ਸਨ। ਲੋਕ ਚਾਹ ਕੇ ਵੀ ਆਪਣੇ ਅੰਜੂ ਰੋਕ ਨਹੀਂ ਸਕੇ। ਲਾਸ਼ਾਂ ਦੇ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਿੰਡ 'ਚ ਮੌਜੂਦ ਰਹੇ ਅਤੇ ਯੂਪੀ ਦੇ ਕਈ ਮੰਤਰੀ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਆ ਕੇ ਖੜ੍ਹੇ ਹੋਏ।